ਸੰਗਰੂਰ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਘਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਆਗੂਆਂ ਨੇ ਕਿਹਾ ਹੈ ਕਿ ਜੋ ਸਰੂਪ ਚੋਰੀ ਹੋਏ ਹਨ ਜਾਂ ਗਾਇਬ ਹੋਏ ਹਨ ਉਹਨਾਂ ਨੂੰ ਲੈ ਕੇ ਅੱਜ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਦੋਂ ਤੱਕ ਇਸ ਗੱਲ ਦਾ ਕੋਈ ਹੱਲ ਨਹੀਂ ਨਿਕਲਦਾ ਉਦੋਂ ਤੱਕ ਇਹ ਧਰਨਾ ਹੁਣ ਲਗਾਤਾਰ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਅਕਾਲੀ ਦਲ ਮਾਨ ਦੇ ਆਗੂਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਅਸਤੀਫੇ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਜੇਕਰ ਉਹ ਕੁਰਸੀ ਸੰਭਾਲਣ 'ਚ ਨਾਕਾਮ ਰਹੇ ਹਨ ਤਾਂ ਉਹਨਾਂ ਨੂੰ ਇਹ ਕੁਰਸੀ ਛੱਡ ਦੇਣੀ ਚਾਹੀਦੀ ਹੈ। ਮੇਰਾ ਨਾਮ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਸਕੱਤਰ। ਮਹਿੰਦਰਪਾਲ ਜੀ, ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਰੱਖਿਆ ਹੀ ਨਹੀਂ ਕਰ ਸਕਦੇ ਅਤੇ ਇਸ ਤਰ੍ਹਾਂ ਬੇਅਦਬੀ ਹੋ ਰਹੇ, ਕਦੇ ਬੇਅਦਬੀ ਆ, ਹੁਣ ਪਾਵਨ ਸਰੂਪ ਜਿਹੜੇ ਗਾਇਬ ਹੀ ਹੋ ਗਏ, ਹਾਲੇ ਤੱਕ ਪਤਾ ਹੀ ਨਹੀਂ ਲੱਗਿਆ। ਜੀ ਠੀਕ ਹੈ। ਗੱਲ ਇਹ ਹੈ ਕਿ ਜਿਹੜਾ ਤੁਸੀਂ ਸਵਾਲ ਕੀਤਾ, ਅਸਲ ਵਿੱਚ ਸਾਡਾ ਜਵਾਬ ਵੀ ਉਹੀ ਹੈ। ਇਸੇ ਕਰਕੇ ਅਸੀਂ ਇਹ ਜਿਹੜੀ ਸ਼ੁਰੂਆਤ ਕੀਤੀ ਹੈ ਅੱਜ, ਇਹਦੇ ਜਿੰਨੇ ਮਰਜ਼ੀ ਪੜਾਓ ਸਾਨੂੰ, ਚਾਹੇ ਤਾਂ ਅਸੀਂ ਲਗਾਤਾਰ ਧਰਨੇ ਦੇ ਵਿੱਚ ਜਾਈਏ, ਸਾਰੇ ਜਥੇਬੰਦੀਆਂ ਵਿਚਾਰ ਕਰਦੀਆਂ ਰਹਿਣਗੀਆਂ। ਅਸੀਂ ਉਸ ਜਗ੍ਹਾ 'ਤੇ ਪਹੁੰਚਣਾ ਹੈ ਕਿ ਸਿੱਖਾਂ ਦੀ ਸਭ ਤੋਂ ਵੱਡੀ ਜਥੇਬੰਦੀ ਜਿਹਦੇ ਕੋਲ ਅਰਬਾਂ ਰੁਪਇਆਂ ਦਾ ਬਜਟ ਹੈ, ਉਹ ਵੀ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਖਿਆ ਜਾਂ ਹਿਸਾਬ ਕਿਤਾਬ ਨਹੀਂ ਰੱਖ ਸਕਦੀ ਤਾਂ ਸਾਨੂੰ ਸਿੱਖਾਂ ਨੂੰ ਕੌਮੀ ਤੌਰ 'ਤੇ ਕੁਝ ਨਾ ਕੁਝ ਐਸਾ ਸੋਚਣਾ ਪਊਗਾ ਜਿਹਦੇ ਵਿੱਚ ਘੱਟ ਤੋਂ ਘੱਟ ਪਹਿਲੀ ਸ਼ਰਤ ਇਹ ਹੈ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਕਿਵੇਂ ਸਦਾ ਲਈ ਸੁਰੱਖਿਅਤ ਰਹਿੰਦੇ ਨੇ। ਸੋ ਉਹਦੇ ਲਈ ਜੋ ਆਪ ਜੀ ਨੇ ਸਵਾਲ ਕੀਤਾ ਉਹਦਾ ਜਵਾਬ ਇਹ ਹੈ ਕਿ ਅੱਜ ਜੋ ਤੁਸੀਂ ਦੇਖ ਰਹੇ ਹੋ ਇਹ ਅੱਜ ਪਹਿਲਾ ਦਿਨ ਹੈ, ਕਿਉਂਕਿ ਜਿਸ ਸੰਸਥਾ ਤੋਂ ਇਹ ਗੁੰਮ ਹੋਏ ਨੇ ਉਸ ਸੰਸਥਾ ਦਾ ਮੁਖੀ ਦਾ ਆਹ ਚਾਰ ਕਦਮ 'ਤੇ ਘਰ ਹੈ, ਉੱਥੇ ਜਗ੍ਹਾ ਨਾ ਮਿਲਣ ਕਰਕੇ ਸਾਨੂੰ ਸਾਹਮਣੇ ਸਿਰਫ ਸੜਕ ਸੀ, ਇਸ ਕਰਕੇ ਸਾਨੂੰ ਇੱਥੇ ਆਏ। ਤਾਂ ਚਲੋ ਇੱਕ ਪ੍ਰੋਟੈਸਟ ਹੈ, ਅਸੀਂ ਉਹਦੇ ਘਰ ਆਏ ਹਾਂ ਵੀ ਤੂੰ ਜੇ ਨਹੀਂ ਸਾਂਭ ਸਕਿਆ ਆਪਣੀ ਜ਼ਿੰਮੇਵਾਰੀ ਤਾਂ ਘੱਟੋ ਘੱਟ ਤੂੰ ਤਾਂ ਰਿਜ਼ਾਈਨ ਦੇ ਕੇ ਪਾਸੇ ਹੋ, ਕਿਉਂਕਿ ਜਿਹੜਾ ਉਹਨਾਂ ਨੇ ਅਕਾਲ ਤਖਤ ਸਾਹਿਬ ਦਾ ਸ਼੍ਰੋਮਣੀ ਕਮੇਟੀ ਵੱਲੋਂ ਜਥੇਦਾਰ ਬਣਾਇਆ, ਉਹਨਾਂ ਨੇ ਵੀ SGPC ਨੂੰ ਗੁਨਾਹਗਾਰ ਤਾਂ ਕਹਿਤਾ, ਹੁਣ ਗੁਨਾਹਗਾਰ ਨੂੰ ਇੰਨੇ ਵੱਡੇ ਅਹੁਦੇ 'ਤੇ ਬੈਠਣ ਦਾ ਕੀ ਹੱਕ ਹੈ? ਸੋ ਮੇਰਾ ਤਾਂ ਇਹੀ ਜਵਾਬ ਹੈ ਕਿ ਆਹ ਜਿਹੜਾ ਪੜਾਅ ਸ਼ੁਰੂ ਹੋ ਰਿਹਾ, ਸਾਰੀਆਂ ਜਥੇਬੰਦੀਆਂ ਨੇ ਇਕੱਠੇ ਹੋ ਕੇ ਸ਼ੁਰੂ ਕੀਤਾ, ਇਹ ਉਨੀ ਦੇਰ ਤੱਕ ਕਿਸੇ ਨਾ ਕਿਸੇ ਰੂਪ 'ਚ ਲਗਾਤਾਰ ਰਹੂਗਾ, ਜਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਨੂੰ ਸਾਨੂੰ ਲੱਭ ਕੇ ਕੌਮ ਨੂੰ ਦੱਸਣੇ ਪੈਣਗੇ ਜਾਂ ਗੁਨਾਹ ਕਬੂਲ ਕਰਕੇ ਆਪਣੇ ਆਪਣੇ ਘਰ ਜਾਣਾ। ਜਿਹੜਾ ਕੋਹਲੀ ਸਾਹਿਬ ਹੈ, ਜਿਹੜਾ CAC ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਅਸਲ ਵਿੱਚ CA ਹੈਗਾ ਸੀ ਔਰਬਿਟ ਬੱਸ ਦਾ, ਇਹ ਸੁਖਬੀਰ ਸਿੰਘ ਬੱਸਾਂ ਦਾ ਹਿਸਾਬ ਕਿਤਾਬ ਕਰਦਾ ਸੀ, ਉਹਨੇ ਇਹਨੂੰ ਇੱਥੇ ਲਿਆਂਦਾ, ਉਹਨੇ ਜੋ ਕੁਛ ਕੀਤਾ ਉਹ ਸਾਰਿਆਂ ਦੇ ਸਾਹਮਣੇ ਹੈ, ਅਤੇ ਉਸ ਨੇ ਕੋਈ ਆਡਿਟ ਨਹੀਂ ਕੀਤਾ, ਕੋਈ ਜ਼ਿੰਮੇਵਾਰੀ ਨਹੀਂ ਨਿਭਾਈ, ਅਤੇ ਕਰੋੜਾਂ ਰੁਪਈਆ ਗੁਰੂ ਦੀ ਗੋਲਕ ਦਾ ਸੁਖਬੀਰ ਸਿੰਘ ਬਾਦਲ ਅਤੇ ਇਹਨਾਂ ਨੇ ਬਿਲਕੁਲ ਖੇਚ ਪਾਤਾ। ਪਰ ਹੁਣ ਉਹਨੂੰ ਤਾਂ ਸੇਵਾ ਮੁਕਤ ਕਰਤਾ, ਇਹਦਾ ਇੱਕ PA ਆ ਪੁਨੀਤ, ਜਿਹੜਾ ਪੁਨੀਤ ਆ ਉਹ ਕਰਤਾ ਧਰਤਾ, ਉਹ ਸਾਰਾ ਕੁਛ ਕਰਤਾ, ਹੁਣ ਚੋਰ ਮੋਰੀ ਰਹੀ ਲੌਂਗੋਵਾਲ ਸਾਹਿਬ ਅਤੇ ਅੰਤਰ ਕਮੇਟੀ ਉਹਨੂੰ ਬਣਾਉਣਾ ਚਾਹੁੰਦੀ ਹੈ ਪੱਕਾ ਮੁਲਾਜ਼ਮ, ਤਾਂ ਜੋ ਉਹ ਜਿਹੜੀ ਕੜੀ ਹੈ ਬਾਦਲਾਂ ਦੀ ਸੁਖਬੀਰ ਜੋ ਜੁੜੀ ਰਹੇ, ਇਸ ਕਰਕੇ ਸਿੱਖ ਕੌਮ ਦੀ ਉਹਨਾਂ 'ਤੇ ਬਾਜ ਵਾਲੀ ਨਿਗ੍ਹਾ, ਇਸ ਕਰਕੇ ਬਾਜ ਆ ਜਾਣ। ਅਤੇ ਇੱਕ ਗਲਤੀ ਇੱਕ ਤੋਂ ਹੋਰ ਗਲਤੀ, ਗਲਤੀ ਕਰਕੇ ਸਾਰਾ ਗਲਤੀਆਂ ਦਾ ਸਾਰਾ ਕੁਝ ਭਰ ਦਿੱਤਾ, ਇਸ ਕਰਕੇ ਗੁਰੂ ਗ੍ਰੰਥ ਸਾਹਿਬ ਸਾਨੂੰ ਚਾਹੀਦੇ ਆ ਸਾਡੀ ਕਿੱਥੇ। ਸੰਗਰੂਰ ਤੋਂ ਕੁਲਵੀਰ ਨਮੋਲ ਦੀ ਰਿਪੋਰਟ, ਪੰਜਾਬ ਟੂਡੇ।